ਕਿਵੇਂ ਚੱਲੇਗਾ ਕਲੇਰੈਂਸ ਸਾਡਾ? ਦੋ ਡਾਂਸਰ ਹੋਣ ਸਾਡਾ ਚੱਲ ਪਏਗਾ। ਕਿਉਂ ਨੀ ਬਚਣਾ? ਮੇਰੀ ਹਾਲਤ ਠੀਕ ਨਹੀਂ ਹੈ। ਆ ਡਾਕਟਰਾਂ ਨੇ ਜਵਾਬ ਦਿੱਤਾ ਮੈਨੂੰ, ਉੱਠੋ ਭਾਈ ਜੀ ਉੱਠੋ। ਹਾਂਜੀ ਉੱਠੋ, ਫੜ ਕੇ ਉਠਾ ਨਾ, ਹੱਥ ਫੜ ਕੇ ਉਠਾ ਸੋਹਣਿਆ। ਉਹ ਮੈਂ ਨਹੀਂ ਬਚਣਾ। ਉਹ ਡਾਕਟਰਾਂ ਜਵਾਬ ਦਿੱਤਾ ਚੋਰੀ। ਕਿਹੜੇ ਡਾਕਟਰਾਂ ਨੇ ਜਵਾਬ ਦਿੱਤਾ? ਉਹ ਪਿੰਡ ਵਾਲੇ ਨੇ ਕਿਹਾ ਸ਼ਹਿਰ ਲੈ ਜਾ ਮੈਨੂੰ, ਆ ਚੈੱਕ ਕਰੋ ਸ਼ੂਗਰ ਤੇ ਨਹੀਂ। ਟੈਸਟ ਕਰਾਉਣ ਲਈ ਲਿਆਂਦਾ ਸੀ, ਸੋਹਣੀਆਂ ਭੈਣਾ ਤੇਰੀਆਂ ਨੇ। ਹਾਂਜੀ ਮੈਂ ਨਹੀਂ ਹਾਂ ਬਚਣਾ ਸੋਹਣਿਆ। ਖਾ ਵੀ ਆ ਮੇਰਾ ਸਾਰਾ ਪੈਸਾ। ਬੈਠੋ ਬੈਠੋ ਬੈਠੋ, ਚੋਰੀ ਨੂੰ ਲੈ ਦੇ ਗਈ, ਵੱਡਾ ਡਾਕਟਰ ਬੁਲਾ ਲਓ। ਹੋਇਆ ਕੀ ਏ? ਕਿੱਥੇ ਰਹਿੰਦਾ ਹੈ? ਇਕਬਾਲ ਟਾਊਨ। ਉਹ ਸੋਹਣੀ ਜੀ ਅੰਮੀ ਤੇਰੀ ਏ? ਆਹੋ। ਮੈਂ ਨਹੀਂ ਹਾਂ ਬਚਣਾ, ਲੈ ਦੇ ਗਿਆ ਮੈਨੂੰ। ਉਹ ਵੱਡਾ ਡਾਕਟਰ ਬੁਲਾ ਲਓ ਕੋਈ। ਛੋਟਾ ਆ ਗਿਆ ਜੀ। ਇੱਥੇ ਇੱਥੇ ਰਹਿੰਦਾ? ਉਹ ਮੈਂ ਨਹੀਂ ਹਾਂ ਬਚਣਾ। ਗੱਦੀ ਵਰਗਾ ਮੂੰਹ ਹੋ ਗਿਆ, ਬੜਾ ਤੇਰਾ ਪਿੰਡ ਦੇ ਸਪੀਕਰ ਵਰਗਾ ਮੂੰਹ ਹੋ ਗਿਆ, ਬੜਾ ਤੇਰਾ ਆਪਣਾ ਖਾਲੀ ਵੈਸਪੇ ਵਰਗਾ ਮੂੰਹ ਹੋ ਗਿਆ। ਜਵਾਬ ਤੇ ਰੱਖ, ਜਰਾਬਾਂ ਦੀ ਬੋਲ ਨੀ ਚਾਲੀ ਆ। ਜਵਾਬ ਭਲਾ ਕਿਉਂ ਨੀ ਦੇ ਰਿਹਾ? ਕਿਉਂ? ਤੇਰੇ ਨਾਲ ਕੰਮ ਚ ਭੈਣ ਉਹਦੀ ਅੱਧਾ ਕੋਰਸ ਤੇ ਮੇਰਾ ਇੰਨੇ ਪੂਰਾ ਕਰ ਦੇਣਾ। ਹਾਂ ਮੈਂ ਨੀ ਬਚਣਾ, ਹਾਲੇ ਠੀਕ ਨੀ ਚੋਰੀ ਦੀ। ਸੋਹਣਿਆ ਮੈਂ ਉਹ ਮੈਂ ਬਚ ਜਾਣਾ ਜੀ। ਓਏ ਇਲਾਜ ਕਰਾਉਣ ਨੀ ਆਇਆ, ਸਾਨੂੰ ਗੰਦਿਆਂ ਕਰਨ ਆਇਆ ਸੀ। ਕਿੱਥੇ ਕਿੱਥੇ ਹੁੰਦੀ ਏ? ਦੱਸ ਦੇ ਆ, ਤੁਹਾਡੇ ਵਿਰਾਹ ਖਲੋਤੇ ਨੇ। ਮੇਰੀ ਹਾਲਤ ਠੀਕ ਨਹੀਂ ਹੋ ਡਾਕਟਰ ਸਾਹਿਬ। ਸਿੱਧੀ ਹੋ ਜਾਓ, ਸਿੱਧੀ ਹੋ ਜਾਓ, ਸਿੱਧੀ ਹੋ ਜਾਓ, ਤੂੰ ਕਰ ਲੈ ਸਿੱਧਾ। ਚੈੱਕਅਪ ਤੇ ਹੋ ਲੈਣ ਦੇ, ਇਲਾਜ ਇੰਨੀ ਕਰਨ ਨਾਲ ਬੋਤਲ ਵੀ ਲੈਣੀ ਸੀ। ਹਾਂਜੀ ਕੀ ਮਹਿਸੂਸ ਕਰਦੇ ਹੋ? ਤਨਹਾਈ। ਚੁੱਕੋ ਚੁੱਕੋ ਮੰਜਾ, ਕਬਰਸਤਾਨ ਛੱਡ ਆਈਏ। ਨਹੀਂ ਨਹੀਂ ਕੱਢੀ ਵੀ ਨਹੀਂ ਕਰਦਾ ਡਾਕਟਰ ਸਾਹਿਬ। ਤਬੀਅਤ ਵਿੱਚ ਕੀ ਮਹਿਸੂਸ ਕਰਦੇ ਹੋ? ਇੱਕ ਪੀੜ ਉੱਠਦੀ ਏ। ਅੱਛਾ, ਇੱਥੋਂ? ਨਹੀਂ ਪਤਾ ਨਹੀਂ ਉੱਠਦੀ ਕਿੱਥੋਂ ਏ, ਉੱਠਦੀ ਜ਼ਰੂਰ ਹੈ। ਇਹ ਰਾਤੀ ਕੋ ਪੌਣੇ ਚਾਰ ਦਾ ਟਾਈਮ ਆਏ। ਇੰਜ ਦੀ ਉੱਠੀ ਏ ਉਹ, ਮੈਂ ਮਾਰੀਆਂ ਪੀੜ ਦੇ ਸਿਰੇ ਜੁੱਤੀਆਂ। ਮੈਂ ਕਿਹਾ ਨਹੀਂ ਨਹੀਂ ਇਹ ਕੋਈ ਤੇਰਾ ਟਾਈਮ ਹੈ ਉੱਠਣ ਦਾ? ਪਰ ਪੌਣੇ ਚਾਰ ਵਜੇ ਤੂੰ ਉੱਠਦੀ ਏ, ਸਵਾ ਚਾਰ ਵਜੇ ਚੋਰੀ ਆਪ ਉੱਠ ਜਾਂਦਾ ਹੈ। ਛੋਟਾ ਜਿਹੜਾ ਹੈ, ਛੋਟਾ ਮੇਰੇ ਤੋਂ, ਤੁਸੀਂ ਵੀ ਦੀਆਂ ਬਹਿਣਾ ਲਿਓ। ਉਹ ਉੱਠ ਜਾ, ਇਹ ਪੀੜ ਟੁਰਦੀ ਹੈ ਜਨਾਬ, ਇੱਥੋਂ ਟੁਰਦੀ ਹੈ, ਇੱਥੋਂ ਪੀੜ ਟੁਰਦੀ ਹੈ। ਹਾਂਜੀ ਇੱਧਰ ਆਉਂਦੀ ਹੈ। ਅੱਛਾ ਮੈਂ ਸਮਝਿਆ ਪੀਨਾ ਹਾਦਸੇ ਨਾਲ ਹੋਇਆ। ਨਹੀਂ ਬਗੈਰਤੀਆਂ ਨਾਲ ਹੋਇਆ। ਮਾਮਲਾ ਠੀਕ ਦਰਦ ਨੇ ਚੋਰੀ ਬਿਲਕੁਲ ਆਸਾਨ ਨਹੀਂ ਨਹੀਂ ਇਹਦੇ ਵੀ ਨਹੀਂ ਟੁੱਟਦੀ।
ਨਹੀਂ ਨਹੀਂ ਕਦੀ ਕਦੀ ਰੁਕ ਵੀ ਜਾਂਦੀ ਹੈ। ਐਡੀ ਕਾਹਲੀ ਨਹੀਂ ਮੈਨੂੰ, ਟਾਈਮ ਲਾ ਲਓ। ਲੱਕੜ ਦੀਆਂ ਲਵਾ ਲਓ ਤੇ ਫਾਇਦਾ ਹੋਏਗਾ, ਜੋੜੀ ਸਸਤੀ ਪਏਗੀ। ਪਿੰਡ ਬਾਕੀ ਕਿੰਨਾ ਚੋਰੀ ਪਹੁੰਚ ਜਾਏਗਾ? ਨਹੀਂ ਦੱਸ ਦੇ, ਮੈਂ ਫੋਨ ਕਰ ਦਿਆ, ਡੇਢ ਕਿਲੋ ਚੌਧਰੀ ਵਾਪਸ ਆ ਰਿਹਾ ਹੈ। ਤੁਸੀਂ ਐਵੇਂ ਘਬਰਾ ਗਏ ਹੋ? ਹਾਂਜੀ, ਇੱਕ ਮਿੰਟ ਬੈਠੋ ਤੇ ਸਹੀ, ਬਹਿ ਜਾਂਦੇ ਬਹਿ ਜਾਂਦੇ, ਕੋਈ ਐਸੀ ਗੱਲ ਨਹੀਂ ਹੈ। ਚਲੋ ਯਾਰੀ ਜੀ,